अस्सलाम वालेकुम भाई जान। वालेकुम सलाम। वाजिद भाई बाल का सुनो। सलाम दा टेडा बाहर ना जेडा तेरे हाथ दा मुंह भरने डाणा। दो आओ बंदा तेरे पापा ने जो खपदे पायो माने इस गल ना पता के नादिया मिलन दी करू चोरी हो गई और बेचारे ने पता कि ओ दसन सुबह पता लग गया बहुत ज्यादा उसका नुकसान हो गया। ओ तो मोबाइल आ सुटा च ओ भी चाहेंगे सोना पैसे चांदी आयो आशा काफी ढेर सारा नुकसान हो। चलो कोई तो रह गया जाते सी यार ये बंदे सलामत रहे। ये नुकसान होता है ना चोरी हो जाना ये तो किसी तरीके से नुकसान हो जाना नुकसान हो गया मतलब सलामत रखे वे नुकसान है ना उस बंद अले गल तो बड़े सुन लाई आए तो मैं तेने एक फोन भाई और अब तो वीडियो बना लिए ना वीडियो तो वाला मेरे को कोई टाइम नहीं नहीं मिनट में घंटे मिनट ही करता रहता है वाला वीडियो तक बना लिया नहीं 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 ना ना नहीं बढ़िया वीडियो च आना ना वीडियो बनानी है ऐते कि मैं तेरे कैमरा मैन दिसता हूं के सरदार मैं ये सज्जाद हूं यस सर एडी आकर तेरे नखरे मैं तेनो बनाऊ ही कोई नहीं हो बंदे से अगली से तू समझ लियो तेने इस गल दा नहीं पता सच्ची नादिया मलिक दा थोड़ा जिहा मोड ही ऑफ लग रहा है। नहीं मोड ऑफ कोई नहीं यार अल्लाह लेकिन मोड थोड़ा जिहा वैसे क्योंकि काफी रात दे जा रहा है नुकसान कीता ना ਉਹਨਾਂ ਗੁਨਾਹ ਹੀ ਢੀਣਾ ਇਹ ਤਾਂ ਵੇਖ ਨਹੀਂ ਸਾਰਿਆਂ ਨੂੰ ਪਤਾ ਹੈ ਫਿਰ ਗੁਨਾਹ ਢੀਣਾ ਇਹ ਤੈਨੂੰ ਦੱਸਣ ਦੀ ਲੋੜ ਕੋਈ ਨਹੀਂ ਸਾਨੂੰ ਹੀ ਪਤਾ ਹੈ ਕਿ ਗੁਨਾਹ ਹੈ ਦਿੰਦਾ ਜਿਹੜੇ ਨੁਕਸਾਨ ਕਰਦੇ ਨੇ ਜਿਹੜੇ ਚੋਰੀ ਕਰਨ ਚੋਰੀ ਆ ਚੋਰੀ ਦਾ ਚੋਰੀ ਤਾਂ ਚੋਰੀ ਡਕੈਤੀ ਤਾਂ ਕੋਈ ਨਹੀਂ ਗੁਨਾਹ ਹੁੰਦਾ ਚੋਰੀ ਦਾ ਗੁਨਾਹ ਹੁੰਦਾ ਚੋਕ ਹੀ ਹੁੰਦਾ ਹੈ ਚੋਰੀ ਡਕੈਤੀ ਦਾ ਕੋਈ ਨਹੀਂ ਗੁਨਾਹ ਹੁੰਦਾ ਚੋਰੀ ਦਾ ਗੁਨਾਹ ਹੈ ਸੁੱਤੇ ਪਏ ਬੈਠੇ ਨਾ ਇਹ ਚੋਰ ਰਤੀਆਂ ਨੇ ਉਹਨਾਂ ਦਾ ਹੱਕ ਬਣਦਾ ਇਹਨਾਂ ਨੂੰ ਉਠਾ ਕੇ ਦੱਸਣਾ ਮੇਰੀ ਭੈਣ ਜਾਂ ਮੇਰੀ ਮਾਂ ਚਾਬੀਆਂ ਕਿਦੇ ਨੇ ਜਾਂ ਕਿੱਥੇ ਪੈਸੇ ਰੱਖੇ ਹੋਏ ਨੇ ਸਾਇਆ ਤੇ ਲੈ ਕੇ ਦੱਸ ਪੈਸੇ ਚੋਰੀ ਤੇ ਡੱਕੀ ਮੋੜ ਚਾਹ ਜਾਣ ਤਾਂ ਐਂ ਜੋ ਚਾਣ ਲੱਗਣ ਤੇ ਜਾ ਜਾ ਭਾਈ ਸਾਡੇ ਕੋਲ ਹੋਈ ਚੋਰੀ ਮੈਂ ਤੁਹਾਨੂੰ ਗੱਲ ਸੁਣਾਈਨਾ ਤੁਸੀਂ ਕਿੰਤੇ ਕਿ ਤੁਹਾਡੇ ਨਹੀਂ ਭਾਈ ਜੀ ਸਾਡੇ ਗਵਾਟਨੇ ਕੋਲ ਚੋਰੀ ਹੋ ਜਾ ਉਹਨਾਂ ਦੇ ਘਰ ਨਾ ਕੋਲ ਚੋਰੀ ਹੋਈ ਯਾਨੀ ਕੋਲ ਸਾਡੇ ਗਵਾਟਨੇ ਦੇ ਘਰ ਚੋਰੀ ਹੋਈ ਭਾਈ ਜੀ ਚੋਰ ਉਹਨਾਂ ਦੇ ਘਰ ਗਏ ਉਹਨਾਂ ਕੀ ਕੰਮ ਕੀਤਾ ਉਹ ਜਨਾਬ ਘਰ ਗਏ ਲਾ ਕੇ ਸਾਡੇ ਕੋਲ ਚੋਰੀ ਹੋ ਗਈ ਗਰਮੀਆਂ ਦੇ ਦੇ ਹੁਣ ਗੱਲ ਤਾਂ ਸੁਣ ਲਾ ਗਰਮੀਆਂ ਦੇ ਦੇ ਸਾਰੇ ਸੁੱਤੇ ਪਏ ਉਹਨਾਂ ਆਰਾਮ ਨਾਲ ਗਏ ਜੋ ਖੀਰ ਪੱਕੀ ਪਏ ਉਹਨਾਂ ਚਾਹੇ ਪਹਿਲੇ ਆਰਾਮ ਨਾਲ ਦੋ ਬੰਸ਼ਈ ਬੰਦਿਆਂ ਦੋ ਉਹਨਾਂ ਪਹਿਲੇ ਆਰਾਮ ਨਾਲ ਖੀਰ ਚਖਾਤੀ ਖੀਰ ਖਾ ਕੇ ਬੂਆ ਚ ਖੋਲਿਆ ਬੂਆ ਖੋਲ ਕੇ ਜਿੰਨਾ ਸਮਾਨ ਆਣਾ ਸਾਰੀ ਰਾਤ ਰੋਟੀ ਬੰਦੇ ਦਾ ਤੇ ਹਟ ਕੇ ਪੈ ਬਹਿ ਗਏ ਕੋਡਰ ਪੀ ਮੈਂ ਜੇ ਸੇ ਕੋਡਰ ਤੂੰ ਟੁੱਟੇ ਉਥਾਈ ਹੋ ਜੋ ਦਿਓਸ਼ ਹੋ ਕੇ ਸਾਏ ਗਏ ਜੇ ਤੇ ਆ ਖੁਲਿਆ ਨੇ ਮਲਕਾ ਕੋ ਤਾਂ ਉਠੀ ਮਨ ਸੁਣਿਆ ਤੇ ਉਹ ਉਤਾਂ ਉਠੀ ਬੈਠੇ ਉਹਨਾਂ ਕਹਿੰਦੇ ਕਿ ਖੈਰ ਤਾਂ ਹੈ ਹਲੇ ਤਾਂ ਹੁਣ ਦੇ ਚੜਿਆ ਉਹ ਦੂਵੇ ਨੂੰ ਉਠਾਇਆ ਉਸ ਕੁੱਤਾ ਉੱਠੀ ਨਹੀਂ ਨਾ ਉਹ ਉਤਾਂ ਉੱਠਿਆ ਅੱਕੇ ਬੱਕੇ ਹੋ ਗਏ ਉਹਨਾਂ ਕਿ ਕਿਵੇਂ ਕਿਵੇਂ ਉਹਨਾਂ ਕਿ ਥੋ ਤੂ ਸਮਾਨ ਨਾ ਆਪੇ ਕੁੰਜਿੰਦਾ ਮੈਂ ਸੀ ਇਹ ਕੁੰਜਣ ਹੈ ਸਾਡੀ ਮਜ਼ਦੂਰੀ ਦੀ ਅਸੀਂ ਘਰ ਜਾ ਰਹੀ ਹੈ ਉਹ ਚੋਰੀ ਕਰਨਾ ਹੈ ਵਾਹ ਵਾਹ ਚੋਰੀ ਆ ਉਹਨਾਂ 200 ਦਿੱਤਾ ਕੋਰੂ ਉਹਨਾਂ ਚੂਕਾ ਛੜਾਇਆ ਬੰਦਾ ਜਿਹੜੀ ਇਹ ਬੰਦਾ ਸਾਂਝ ਕਰ ਕੇ ਚੱਲ ਅੱਲਾ ਨੂੰ ਪਿਆਰਾ ਹੋ ਗੱਲ ਮੈਂ ਤਾਂ ਕਰਦਾ ਪਿਆ ਚੋਰੀ ਜਾਏ ਨਾ ਦੋ ਪਿਓ ਪੁੱਤਰਾਂ ਨੂੰ ਚੋਰੀ ਕਰਾ ਦਿੰਦੇ ਆ ਮੈਂ ਜ਼ਰੀ ਇੱਕ ਡੋਰਾ ਜਾਂ ਚੈੱਕ ਦੋ ਪਿਓ ਪੁੱਤਰਾਂ ਦੋ ਮੈਂ ਚੋਰੀ ਕਰਨ ਕੇ ਜਾਂਦੇ ਆ ਪਿਓ ਹੁਣ ਅੱਲਾ ਗੱਲ ਸੁਣੋ ਛੱਡੋ ਕੋਈ ਨਹੀਂ ਪਿਓ ਹੁਣ ਯਾਰ ਪਿਓ ਹੁਣ ਆਖਿਆ ਪੁੱਤ ਦਾਸ ਅੱਛਾ ਮੇਰਾ ਪੁੱਤਰ ਉਹ ਜਿਹੜੀ ਸਾਹਮਣੇ ਢਾਰੀ ਹੈ ਨਾ ਇੱਥੇ ਢਾਰੀ ਸਾਹਮਣੇ ਹੈ ਤੇ ਕੋਈ ਨਹੀਂ ਯਾਰ ਉਹ ਸਾਹਮਣੇ ਇਸ਼ਾਰਾ ਕਰਦਾ ਇਸ਼ਾਰਾ ਕਿੰਦਾ ਪਿਆ ਉਹ ਸਕੇ ਅੱਬਾ ਮੈਨੂੰ ਕੋਈ ਨਹੀਂ ਪੁੱਛਦਾ ਰਾਤ ਆ ਰਾਤ ਨਹੀਂ ਕੀ ਦੱਸਣਾ ਉਹ ਸਕੇ ਪੁੱਤਰ ਉਹ ਜਿੱਥੇ ਦੀਵਾ ਬਲਦਾ ਪਿਆ ਇੱਥੇ ਦੀਵਾ ਓਏ ਉਹਦੇ ਨਹੀਂ ਭਾਈ ਜੀ ਗੱਲ ਕਰਦਾ ਪਿਆ ਗੱਲ ਕਰਦਾ ਪਿਆ ਪੁੱਤਰ ਆਖਿਆ ਪਿਓ ਨੂੰ ਪਿਓ ਆਖਿਆ ਪੁੱਤ ਨੂੰ ਮੇਰਾ ਪੁੱਤਰ ਜਿੱਥੇ ਦੀਵਾ ਨਹੀਂ ਪਿਆ ਬਲਦਾ
मेरा पोत्रो जिथे डीवा बलता पे उथे आई रात चोरी करनी हो सके मेरा अब कितनी बजे इतने रुका हो सके मैं पोत्रो कम अज कम सात आठ बजे रुका तो जैसे रुका ना मैं तो चौन राशन पानी बन गया हो सके अब वेख ला मोड़ भी उन्ना का डीवा बलता पे इंशाल्लाह इजाजत कल मुलाकात इंशाल्लाह ਸਾਡੀ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਅੱਛੇ ਅੱਛੇ ਕਮੈਂਟਸ ਕਰਨੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਲਾਈਕ ਕਰਨਾ ਤੇ ਬਾਏ ਬਾਏ ਪਾਕਿਸਤਾਨ ਹੁੱਟੂ ਬੰਦਾ ਹੁੱਟੂ ਬੰਦਾ।